ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੈਬਨਿਟ ਦਾ ਵਿਸਤਾਰ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ 5 ਨਵੇਂ ਮੰਤਰੀ ਸ਼ਾਮਿਲ ਕੀਤੇ ਜਾ ਰਹੇ ਨੇ। ਤੇ ਅੱਜ ਅਸੀਂ ਖੜੇ ਹਾਂ ਖੰਨਾ ਦੇ ਵਿੱਚ, ਜਿੱਥੇ ਤੋਂ MLA ਤਰਨਪ੍ਰੀਤ ਸਿੰਘ ਸੋਂਧ ਨੂੰ ਵੀ ਕੈਬਨਿਟ ਦੇ ਵਿੱਚ ਥਾਂ ਮਿਲੀ ਹੈ। ਤੇ ਅਸੀਂ ਇਸ ਵਕਤ ਮੌਜੂਦ ਆ ਉਹਨਾਂ ਦੇ ਘਰ ਦੇ ਬਾਹਰ ਹੀ, ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਇਹ ਜਿਹੜਾ ਘਰ ਹੈ, ਇਹ ਤਰਨਪ੍ਰੀਤ ਸਿੰਘ ਸੋਂਧ ਜਿਹੜੇ MLA ਨੇ ਖੰਨਾ ਤੋਂ, ਉਹਨਾਂ ਦੇ ਘਰ ਦੇ ਬਾਹਰ ਦੀ ਤਸਵੀਰ ਹੈ। ਫੈਮਿਲੀ ਜਿਹੜੀ ਹੈ ਉਹ ਇਸ ਵਕਤ ਚੰਡੀਗੜ੍ਹ ਗਈ ਹੋਈ ਹੈ, ਤੇ ਇਸ ਵਕਤ ਉਹਨਾਂ ਦੇ ਜਿਹੜੇ ਆਂਢ ਗੁਆਂਢ ਵਾਲੇ ਨੇ ਜਾਂ ਜਿਹੜੇ ਉਹਨਾਂ ਨੂੰ ਮਿਲਣ ਵਾਲੇ ਨੇ, ਚਾਹਵਾਨ ਜਿਹੜੇ ਹੈ ਨੇ, ਉਹ ਇੱਥੇ ਮੌਜੂਦ ਜ਼ਰੂਰ ਨੇ। ਇਹ ਆਮ ਆਦਮੀ ਪਾਰਟੀ ਤੋਂ ਤਰਨਪ੍ਰੀਤ ਸਿੰਘ ਸੋਂਧ ਜਿਹੜੇ ਹੈ ਵਾਈਸ ਪ੍ਰਧਾਨ ਵੀ ਨੇ ਪੰਜਾਬ ਦੇ, ਤੇ ਖੰਨਾ ਤੋਂ ਵਿਧਾਇਕ ਵੀ ਨੇ। ਤੇ ਇਸ ਵਕਤ ਉਹਨਾਂ ਦੇ ਰਿਸ਼ਤੇਦਾਰ ਵੀ ਮੌਜੂਦ ਨੇ, ਆਂਢੀ ਗੁਆਂਢੀ ਵੀ ਮੌਜੂਦ ਨੇ। ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਪਹਿਲਾਂ ਗੱਲ ਕਰਦੇ ਉਹਨਾਂ ਨੂੰ ਪੁੱਛ ਲੈਂਦੇ ਹਾਂ। ਕਿਆ ਨਾਮ ਹੈ ਤੁਹਾਡਾ? ਮੈਂ ਹਰਜੀਤ ਸਿੰਘ ਸੋਹਲ ਜੀ। ਤੇ ਅੱਜ ਤਰਨਪ੍ਰੀਤ ਸਿੰਘ ਸੋਂਧ ਜਿਹੜੇ MLA ਨੇ ਖੰਨੇ ਦੇ, ਉਸ ਵਜ਼ੀਰ ਬਣਨ ਜਾ ਰਹੇ ਹਾਂ, ਕਿੱਦਾਂ ਦਾ ਲੱਗ ਰਿਹਾ? ਬਹੁਤ ਹੀ ਖੁਸ਼ੀ ਦੀ ਗੱਲ ਆ। ਅਸੀਂ ਭਗਵਾਨ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤਰਨਪ੍ਰੀਤ ਸੋਂਧ ਨੂੰ ਇੱਕ ਸਾਫ਼ ਸੁਥਰੀ ਸ਼ਖਸੀਅਤ ਵਾਲੇ ਨੂੰ ਆਪਣੇ ਕੈਬਨਿਟ ਵਿੱਚ ਸ਼ਾਮਿਲ ਕੀਤਾ, ਅਤੇ ਮੁਲਕ ਦੀ ਤਰੱਕੀ 'ਚ, ਆਪਣੇ ਖੰਨੇ ਸ਼ਹਿਰ ਦੀ ਤਰੱਕੀ 'ਚ ਬਹੁਤ ਚੰਦ ਚੰਦ ਲਾਣਗੇ। ਬਹੁਤ ਹੀ ਇਮਾਨਦਾਰ ਸੋਸ਼ਲ ਆਦਮ ਹੈ, ਅਤੇ ਅੱਗੇ ਵੀ ਕੰਮ ਅੱਗੇ ਸੋਹਣਾ ਕਰਦੇ ਨੇ, ਹੁਣ ਵੀ ਸੋਹਣਾ ਕੰਮ ਕਰਨਗੇ। ਅਤੇ ਅਸੀਂ ਤੁਸੀਂ ਕਿਵੇਂ ਜਾਣਦੇ ਹੋ ਸੋਹਣ ਸਾਹਿਬ? ਸੋਹਣ ਸਾਹਿਬ ਸਾਡਾ ਭਤੀਜਾ ਹੀ ਆ, ਬਚਪਨ ਤੋਂ ਲੈ ਕੇ ਛੋਟੇ ਹੁੰਦੇ ਤੱਕ ਹੁਣ ਤੱਕ ਸਾਡੇ ਹੱਥਾਂ 'ਚ ਖੇਡਦਾ ਰਿਹਾ, ਬੜਾ ਹੋਇਆ, ਪੜ੍ਹ ਲਿਖ ਕੇ ਇਸੇ ਮੁਕਾਮ 'ਤੇ ਪਹੁੰਚਿਆ। ਅਤੇ ਇਸ ਦੌਰਾਨ ਕਈ ਸਾਲ ਹੋ ਗਏ, 12-13 ਦੀ ਗੱਲ ਹੈ, ਮੈਂ ਤਰਨਪ੍ਰੀਤ ਸਾਹਿਬ ਨੂੰ ਤੇਜਿੰਦਰ ਜੀ ਕੋਲ ਛੱਡ ਕੇ ਆਇਆ ਵੀ ਇਸ ਲੈਨ ਦੇ ਵਿੱਚ ਇਹਨੇ ਸ਼ੁਰੂਆਤ ਕੀਤੀ ਇਹਨਾਂ ਨੇ। ਅਤੇ ਜੋ ਫਿਰ ਅੱਗੇ ਫੱਲੀ ਜੀ ਨਾਲ ਵੀ ਬੜੀ ਹੈ, ਇਹਨਾਂ ਨੇ ਬੜੀ ਮਿਹਨਤ ਕੀਤੀ, ਕਈ ਸਾਲ ਮਿਹਨਤ ਕਰਦੇ ਰਹੇ, ਤਨ ਮਨ ਧਨ ਨਾਲ ਆਪ ਅਤੇ ਹੋਰਾਂ ਨੂੰ ਵੀ ਇਹਨਾਂ ਨੇ ਜੋੜਿਆ। ਅਤੇ ਇਸ ਮੁਕਾਮ 'ਤੇ ਆਪਣੇ ਅਰਵਿੰਦ ਕੇਜਰੀਵਾਲ ਜੀ ਨੇ ਇਹਨਾਂ ਦਾ ਮਿਹਨਤ ਦਾ ਸਦਕਾ ਦੇਖ ਕੇ ਇਹਨਾਂ ਨੂੰ ਗਾਹਾਂ ਪਹਿਲਾਂ ਟਿਕਟ ਦਿੱਤੀ, ਅਤੇ MLA ਬਣੇ, ਅਤੇ ਸਾਰੇ ਸ਼ਹਿਰ ਨੂੰ ਵਧੀਆ ਕੰਮ ਕਰਕੇ ਦਿਖਾਇਆ ਇਹਨਾਂ ਨੇ, ਅੱਗੇ ਵੀ ਕਰਦੇ ਰਹਿਣਗੇ। ਅਤੇ ਤੁਸੀਂ ਜਿਹੜੇ ਤਰਨਪ੍ਰੀਤ ਸਿੰਘ ਸੋਂਧ ਹੈ, ਤੁਹਾਡੇ ਕੀ ਲੱਗਦੇ ਨੇ, ਤੁਸੀਂ ਕਿਵੇਂ ਜਾਣਦੇ? ਮਿਸਟਰ ਤਰਨਪ੍ਰੀਤ ਸਿੰਘ ਸੋਂਧ, ਮੈਂ ਇਹਨਾਂ ਦਾ ਤਾਇਆ ਵੀ ਲੱਗਦਾ ਹਾਂ, ਅਤੇ ਸਾਡਾ ਬਚਪਨ ਤੋਂ ਮੇਰੇ ਬੇਟੇ ਦਾ ਕਲਾਸ ਵਾਲਾ ਵੀ ਹੈਗਾ। ਇਹ ਬਹੁਤ ਹੀ ਇਮਾਨਦਾਰ ਸ਼ਖਸੀਅਤ ਹੈਗੀ ਇਹ। ਉਸ ਤੋਂ ਪਹਿਲਾਂ ਮੈਂ ਮੀਡੀਆ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਵਾਰ ਵਾਰ ਅੱਗੇ ਵੀ ਸਮੇਂ ਤੋਂ ਸਮੇਂ ਸਿਰ ਆ ਕੇ ਇਹ ਵਾਰ ਵਾਰ ਇਸ ਤਰ੍ਹਾਂ ਦੇ ਕਵਰੇਜ ਕਰਦੇ ਹੈਗੇ ਆ, ਅਸੀਂ ਬਹੁਤ ਧੰਨਵਾਦੀ ਹਾਂ। ਬਾਕੀ ਜਿਹੜਾ ਇਹਨਾਂ ਦੀ ਜਿਹੜੀ ਬੈਕਗਰਾਊਂਡ ਹੈਗੀ ਆ, ਸਾਡੇ ਮਤਲਬ ਤਰਨਪ੍ਰੀਤ ਸੋਂਧ ਦੇ ਤਾਇਆ ਜੀ, ਇਹਨਾਂ ਦੇ ਆਪਣੇ ਦਾਦਾ ਜੀ, ਉਹਨਾਂ ਨੇ ਬਹੁਤ ਹੀ ਜ਼ਿਆਦਾ ਮਤਲਬ ਸੋਸ਼ਲ ਸੀਗੇ, ਔਰ ਉਹਨਾਂ ਨੇ ਖੰਨੇ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਜਾਂ ਹੋਰ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਸਰਦਾਰ ਭੁਪਿੰਦਰ ਸਿੰਘ ਸੋਂਧ, ਉਹਨਾਂ ਦਾ ਤਾਂ ਕੋਈ ਹੋਰ ਉਹਨਾਂ ਦੇ ਤਾਂ ਗੱਲੇ ਕੋਈ ਨਹੀਂ ਹੈਗੀ। ਉਹਨਾਂ ਨੇ ਵੀ ਉੱਥੇ ਪਿਛਲੇ 2.5 ਸਾਲ ਤੋਂ ਦਫ਼ਤਰ ਖੋਲ੍ਹ ਵਿੱਚ ਬੈਠੇ ਹੈਗੇ ਆ, ਔਰ ਉਹਨਾਂ ਦੇ ਖੰਨੇ ਸ਼ਹਿਰ ਦੇ ਇਕੱਲੇ ਇਕੱਲੇ ਬੰਦੇ ਦੀ ਛੋਟੀ ਛੋਟੀ ਜਿਹੜੀ ਮੁਸੀਬਤ ਸੀਗੀ ਉੱਥੇ ਬੈਠ ਕੇ ਹੱਲ ਕੀਤੀ ਹੈ। ਅਤੇ ਉਹ ਹੁਣ ਜਿਹੜਾ ਇਹ, ਅਸੀਂ ਬਹੁਤ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਜਿਨ੍ਹਾਂ ਨੇ ਤਰਨਪ੍ਰੀਤ ਸੋਂਧ ਨੂੰ ਕੈਬਨਿਟ ਮੰਤਰੀ ਲਿਆ ਹੈ। ਅਸੀਂ ਸਮਝਦੇ ਹਾਂ ਕਿ ਵੀ 2.5 ਸਾਲ ਦੀ ਜਿਹੜੀ ਬਹੁਤ ਅੱਛੀ ਕਾਰਗੁਜ਼ਾਰੀ ਸੀਗੀ, ਔਰ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ ਸਭ ਤੋਂ ਅੱਗੇ ਹੋ ਕੇ ਬਹੁਤ ਵਧੀਆ ਕੰਮ ਕੀਤਾ। ਅਸੀਂ ਇਸ ਹਲਕੇ ਦੇ ਵਿੱਚੋਂ ਵੀ ਮਤਲਬ ਜਿੱਤੇ ਹੈਗੇ ਹਾਂ। ਪਿਛਲੇ ਇਲੈਕਸ਼ਨ ਦੇ ਵਿੱਚ ਵੀ ਅਸੀਂ ਸ਼ਾਇਦ 5100 ਵੋਟ ਦੇ ਨਾਲ ਅਸੀਂ ਅੱਗੇ ਸੀਗੇ, ਅਤੇ ਮਤਲਬ ਹੁਣ ਸਾਰਾ ਮੁਹੱਲਾ ਸਾਰਾ ਸ਼ਹਿਰ ਬਹੁਤ ਜ਼ਿਆਦਾ ਖੁਸ਼ੀ ਹੈਗੀ ਆ। ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਹੈਗੇ ਹਾਂ ਵੀ ਕਦੋਂ ਆਉਂਦੇ ਹੈਗੇ। ਅਸੀਂ ਬਾਹਰ ਉਹਨਾਂ ਵਾਸਤੇ ਟੈਂਟ ਵਗੈਰਾ ਲਗਾ ਕੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਸਾਰੇ ਬੰਦੇ ਖੜ੍ਹੇ ਹੋਏ ਹੈਗੇ। ਧੰਨਵਾਦ।
ਤੇ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਵੀ ਤੁਹਾਡੇ ਕੋਲ ਛੱਡ ਕੇ ਗਏ ਸੀ ਤਰਨਪ੍ਰੀਤ ਸਿੰਘ ਸੋਹਣ ਜੀ ਨੂੰ, ਕਿੱਦਾਂ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ, ਕਿੱਦਾਂ ਉਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼? 2013 ਆਮ ਆਦਮੀ ਪਾਰਟੀ ਸੀਗਾ ਤੇ ਹਰਜੀਤ ਸਿੰਘ ਹੁਣ ਆਏ ਵੀ ਆਮ ਆਦਮੀ ਪਾਰਟੀ ਸੋਹਣ ਉਹਨਾਂ ਨੂੰ ਲੈ ਕੇ ਆਓ, ਤਰਨਪ੍ਰੀਤ ਸੋਹਣ ਉਹਨਾਂ ਨੂੰ ਫਿਰ ਮੇਰੇ ਨਾਲ ਹੀ ਰਹੇ, ਸਾਡੇ ਸਾਹਮਣੇ ਆਫਿਸ ਸਾਡਾ ਤੇ ਇਹਨਾਂ ਦੇ ਘਰ, ਇਹਨਾਂ ਦੇ ਨਾਲ ਵੀ ਸਾਡੇ ਸੋਹਣ ਨਾਲ ਘਰੇਲੂ ਰਿਲੇਸ਼ਨ ਨੇ, ਸਾਡੇ ਫਾਦਰ ਸਾਹਿਬ ਵੀ ਰਹੇ ਨੇ ਔਰ ਫਿਰ ਅਸੀਂ ਇਕੱਠੇ ਹੀ ਇੱਕੋ ਗੱਡੀ 'ਚ ਰਹੇ ਨੇ, ਤਿੰਨ ਕੁ ਸਾਲ ਮੈਂ ਆਪਣਾ ਕਾਰੋਬਾਰ ਛੱਡ ਕੇ ਅਸੀਂ ਇਕੱਠੇ ਰਹੇ ਹਾਂ ਔਰ ਸੋਹਣ ਸਾਹਿਬ ਵੀ ਤਕਰੀਬਨ 2013 ਤੋਂ ਬਾਅਦ ਜੁੜੇ ਰਹੇ ਨਾਲ। ਜਿੱਦਾਂ ਪਹਿਲਾਂ MLA ਬਣੇ ਅਤੇ ਹੁਣ ਮੰਤਰੀ ਬਣੇ, ਕਿੱਦਾਂ ਦਾ ਫੀਲ ਹੋ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਪਹਿਲਾਂ ਤਾਂ ਇਹਨਾਂ ਨੂੰ ਲੱਗਦਾ ਜੀ, ਪਹਿਲਾਂ ਮੇਰੇ ਕੋਲ ਆਏ ਕਹਿੰਦੇ ਵੀ ਹੁਣ ਮੈਂ ਜਿੱਤ ਜਾਊਂਗਾ MLA, ਮੈਂ ਕਹਿੰਦਾ ਜਿੱਤੇ ਪਏ ਹੋ ਜਦ ਸਾਰਾ ਇਲਾਕਾ ਇਸ ਟਾਈਮ ਤੁਹਾਡੇ ਨਾਲ ਹੈ, ਚਾਰੇ ਪਾਸੇ ਪਿੰਡਾਂ 'ਚ ਲਹਿਰ ਚੱਲੀ ਹੋਈ ਹੈ ਅਤੇ ਬਹੁਤ ਵਧੀਆ ਸੁਭਾਅ ਇਹਨਾਂ ਦਾ, ਪਰਿਵਾਰ ਸ਼ੁਰੂ ਤੋਂ ਕਾਫੀ ਮਿਲਣ ਸਾਰੇ ਸਾਰੇ ਇਲਾਕੇ 'ਚ ਵਧੀਆ ਨੋਂ, ਇਹਨਾਂ ਦਾਦਾ ਜੀ ਦਾ ਨੋਂ ਵੀ ਵਧੀਆ ਸੀਗਾ ਔਰ ਸਮਾਜ ਸੇਵੀ ਤਕਰੀਬਨ ਸਾਰੇ ਕੰਮਾਂ 'ਚ ਜੁੜੇ ਹੋਏ ਨੇ ਔਰ ਮਿਲਣਸਾਰ ਔਰ ਸਾਰਾ ਪਰਿਵਾਰ ਇਹਨਾਂ ਦੇ ਆਲੇ ਦੁਆਲੇ ਜਿੰਨੇ ਵੀ ਘਰ ਸਾਰੇ ਇਹਨਾਂ ਦੇ ਸਾਰੇ ਕਾਫੀ ਨੋਂ ਹੈ ਜੀ ਇਹਨਾਂ ਦਾ ਔਰ ਇਹ ਧਾਰਮਿਕ ਰੀਤੀ ਰਿਵਾਜ਼ਾਂ ਨੂੰ ਮੰਨਣ, ਧਾਰਮਿਕ ਪਰਿਵਾਰ ਸਾਰਾ, ਇਹਨਾਂ ਦੇ ਮਦਰ ਨੂੰ ਜਾਣਨਾ, ਸਾਰੇ ਨੂੰ ਜਾਣਨਾ ਔਰ ਸਾਡੇ ਦਾਦੇ ਨੂੰ ਸਾਰੇ ਧਾਰਮਿਕ ਔਰ ਤਕਰੀਬਨ ਪਾਠ ਪੂਜਾ ਕਰਨ ਵਾਲੇ ਸਾਰਾ ਪਰਿਵਾਰ ਬਹੁਤ ਵਧੀਆ ਪਰਿਵਾਰ ਹੈ, ਮਿਲਣ ਸਾਰੇ ਔਰ ਸਮਾਜ ਸੇਵਾ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ।